ओ होर भाई जैब से ठीक ठाक है सब घर परिवार ठीक है। और सुना फिर सिंधिया, मैं सुने तेरी बेबे बीमार हो गई सी। ओ हो गई सी बीमार, ठीक है हुण तां आ उम्र जाके हो ही जांदा थोड़ा मोटा बंदा बीमार। ओ सिंधिया, मैं सुने भी पाली ने फार्म जा बना लिया, पिंड च गल जी हो रही है, कल लड्डू भी बंडदा फिरदा थी, किते पतंदर किसे गल दा लोहड़ी तां ले गया। ओ सुनिया तां मैं भी है, बाकी जाके पता लगूगा। ओ आउंदा लै लंबी उम्र वाला, ओ आउंदा तुरिया ते पुछदे आ इसे नू। ਹੋਰ ਚਾਚਾ ਜੈਬ ਠੀਕ ਹੋ? ਤੂੰ ਸੁਣਾ ਮੱਲਾ, ਹੋਰ ਠੀਕ ਆ? ਹਾਂ ਹਾਂ ਚਾਚਾ, ਬਸ ਵਧੀਆ, ਅੱਜ ਕਰਦੇ ਫਾਰਮ ਦਾ ਕੰਮ ਸ਼ੁਰੂ। ਵਾਹ ਵੀ ਵਾਹ, ਕੀ ਪਤਾ ਛੋਟੀਆਂ ਦਵਾਵਾਂ ਨਹੀਂ ਮਿਲਿਆ ਹੋਵੇ। ਓਏ ਅਸੀਂ ਤਾਂ ਦਿਨ ਰਾਤ ਤੇਰੀ ਦਵਾਵਾਂ ਮੰਗਦੇ ਆ। ਇਹੀ ਗੱਲ ਆ ਚਾਚਾ, ਮਾਲਕ ਦੱਬ ਕੇ ਕੰਮ, ਜੇ ਕੋਈ ਮੇਰੇ ਮਦਦ ਦੀ ਲੋੜ ਹੋਈ ਤਾਂ ਦੱਸੀ ਫਿਰ ਮੈਨੂੰ। ਠੀਕ ਆ ਚਾਚਾ, ਠੀਕ ਆ। ਹਾਂ ਹਾਂ ਜ਼ਰੂਰ ਜ਼ਰੂਰ, ਮੈਂ ਚੱਲਦਾ, ਅੱਜ ਮਾਰ ਲਿਓ ਗੇੜਾ ਤੁਸੀਂ ਫਾਰਮ ਤੇ। ਓ ਮੱਲਾ, ਮਾਲਕ ਨੇ ਤੇਰੀ ਬਾਹ ਫੜ ਲਈ, ਹੁਣ ਕਿਤੇ ਸਾਨੂੰ ਬਾਅਦ ਚ ਭੁੱਲੀ ਨਾ ਜਾਇਆ ਕਰੇ। ਨਹੀਂ ਨਹੀਂ ਚਾਚਾ, ਕਿਤੇ ਪਾਸਾ ਵੱਟ ਕੇ ਲੰਘ ਜਾ ਕਰੇ। ਉਹ ਨਹੀਂ ਨਹੀਂ ਚਾਚਾ, ਇਹ ਗੱਲ ਨਹੀਂ ਹੈਗੀ ਵੀ ਸਿੰਧਿਆ, ਗੱਲ ਇਹ ਹੈ ਹੁਣ ਤੱਕ ਤਾਂ ਪਾਲੀ ਸਾਡੇ ਥੱਲੇ ਲੱਗ ਕੇ ਆਏ ਰਹੇ। ਮਤਲਬ ਵੀ ਚਾਰੇ ਪਾਸੋਂ ਆਪਣੇ ਕੋਲ ਮਾੜਾ ਸੀ, ਜੇ ਹੁਣ ਇਹ ਆਪਣੇ ਬਰਾਬਰ ਆ ਗਿਆ ਫਿਰ ਤਾਂ ਕੰਮ ਖਰਾਬ ਹੋ, ਇਹਦਾ ਤਾਂ ਕੋਈ ਹੱਲ ਕਰਨਾ ਹੀ ਪਊਗਾ। ਉਹ ਨਹੀਂ ਬਾਈ ਜੈਬ ਸਿੰਘ, ਗਲਤ ਗੱਲ ਆ ਯਾਰ ਆਪਣੇ ਵਾਸਤੇ, ਮੇਰਾ ਜ਼ਮੀਰ ਨਹੀਂ ਮੰਨਦਾ ਹੈਗਾ ਇਹ ਗੱਲ। ਓਏ ਨਾ ਬਾਈ, ਐਡੀ ਵੀ ਕੀ ਗੱਲ ਹੈ, ਜ਼ਮੀਰ ਨੂੰ ਪੁੱਛ ਵੀ 500 ਦੇ ਵਿੱਚ ਮੰਨ ਜੂਗਾ। ਚੱਲ ਕਰ ਲੈਂਦੇ ਫਿਰ ਹੱਲ, ਤੂੰ ਮੇਰਾ ਨਾ ਨਾ ਆ ਜੇ ਗੱਲ ਕਿਤੇ। ਓਏ ਨਾ ਨਾ, ਬਾਬਾ ਮਿਹਰ ਤੋਂ ਸਾਰਿਆਂ ਤੇ ਕੱਲੇ ਪਾਣੀ ਨੂੰ ਸੱਟ ਕੇ ਟੱਟ ਜਾਗਾ। ਕਿਵੇਂ ਲੱਗੇ ਬੇਬੇ ਫਾਰਮ ਆਪਣਾ? ਬਹੁਤ ਵਧੀਆ ਪੁੱਤ ਆਪਣਾ ਫਾਰਮ। ਹੁਣ ਤਾਂ ਬਾਬੇ ਨੇ ਥਾਪੀ ਮਾਰਤੀ, ਕਹਿੰਦਾ ਕਰੋ ਕੰਮ ਦੱਬ ਕੇ। ਹੋ ਗਈ ਕਿਰਪਾ, ਮਾੜਾ ਟਾਈਮ ਨਾ ਵੇ ਜਿਹੜੇ ਲੰਘੇ, ਹੁਣ ਤਾਂ ਹੋ ਗਈ ਵਹਿਗੂ ਦੀ ਕਿਰਪਾ ਆਪਣੇ ਤੇ। ਚਲ ਕੋਈ ਨਾ ਛੱਡੋ, ਪਿਛਲੀਆਂ ਗੱਲਾਂ ਨੂੰ ਨਾ ਹੁਣ ਯਾਦ ਕਰੋ, ਜਿਹੜਾ ਬਣ ਗਿਆ ਬਹੁਤ ਵਧੀਆ ਹੋ ਗਿਆ ਤਾਂ ਪ੍ਰਮਾਤਮਾ ਨੇ ਕਿਰਪਾ ਕਰਕੇ। ਹੁਣ ਤਾਂ ਇੰਨੀ ਮਿਹਨਤ ਕਰਨੀ ਆ ਕਿ ਆਪਣੀਆਂ ਕਈ ਪੀੜ੍ਹੀਆਂ ਸੁੱਖ 'ਚ ਲੰਘਣੀਆਂ। ਹਾਂ ਇਹ ਤਾਂ ਹੈ, ਹੁਣ ਆਪਾਂ ਤਾਂ ਦੁੱਖ ਕੱਟ ਲਏ। ਚਲ ਮੈਨੂੰ ਆਇਆ ਨਹੀਂ ਜੀ, ਆਪਣੀ ਵਾਲੀ ਗਊ ਕਿਹੜੀ ਸੀ ਜੋ ਉਹਦੇ ਡੈਡੀ? ਬਸ ਭੁੱਲ ਗਏ, ਇਹਨਾਂ ਤੇ ਮੈਨੂੰ ਪਹਿਚਾਣ ਨਹੀਂ ਆ ਰਹੀ। ਉਹ ਜਾ, ਤੁਹਾਡੀ ਇੱਕ ਗਾਉਂ ਨਹੀਂ ਪਛਾਣ ਚ ਆ ਰਹੀ, ਇੰਨੀਆਂ ਚ ਹੁਣ ਕਿੱਥੋਂ ਆ ਜੂਗੀ? ਉਹੀ ਤਾਂ ਮੈਂ ਦੇਖਦੀ ਸੀ। ਉਹ ਬੈਠਿਆ ਵਿਚਾਲੇ, ਦੇਖ ਗਾਲਾਂ ਮਾਰਦੀ ਆ। ਅੱਛਾ ਉਹ ਆਪਣੀ ਵਾਲੀ ਆ? ਹਾਂ ਉਹ ਦੇਖਦੀ ਆ, ਤੈਨੂੰ ਜਾਣਦੀ ਆ ਨਾ, ਕੱਲੀ ਝਾਕਦੀ ਆ, ਹੋਰ ਝਾਕਦੀ ਆ ਕੋਈ? ਆ ਜਾ ਬੇਬੇ। ਮੋਰਾ ਸੀ ਯਾਰ ਆਪਣੀ। ਨਾ ਸਾਰਾ ਠੀਕ ਆ, ਹੁਣ ਤਾਂ ਇਧਰੋਂ ਆਪਣੇ ਦਾ ਹੀ ਇਕੱਲੀ ਬਸ। ਕਿਆ ਆਪਣੇ ਵਾਲੀ ਤਾਂ ਬੈਠੀ ਆ? ਆ ਹੀ ਆਪਣੀ ਦਾ ਇਧਰ। ਉਹਦਾ ਫਿਰ ਹੁਣ ਸਾਰੀਆਂ ਆਪਣੀਆਂ ਨੇ, ਇਹਦਾ ਨਾ ਸਾਰੀਆਂ ਆਪਣੀਆਂ ਨੇ, ਡੈਡੀ ਤਾਂ ਉਹੀ ਮਿੱਟੀ ਦਾ ਮਾਲਕ ਬਣਾਇਆ ਹੋਇਆ ਹੈਗਾ। ਤੇ ਖੜ ਜਾ ਬਦਮਾਸ਼ਾ। ਹੋਰ ਤੂੰ ਸਾਰਾ ਫਾਰਮ ਖੋਦਾ? ਹਾਂ ਆਪਣਾ ਹੀ ਆ ਸਾਹਿਬ ਸਾਰਾ ਫਾਰਮ। ਇੱਕ ਵਾਰ ਤਾਂ ਪੂਰੀ ਆਇਆ ਕਰਾਂਗੇ, ਕਿਹਦੇ ਨਾਲ ਥੋੜੇ ਥੋੜੇ ਕੰਮ ਕਾਰ ਕਰਿਆ ਕਰਾਂਗੇ। ਉਹ ਜਿਹੜੀ ਛੋਟੀ ਗਊ ਆ ਉਹਦੇ ਨਾਲ ਖੇਡਾਂਗੇ। ਹਾਂ ਉਹ ਤਾਂ ਕਿਹਦੇ ਨਾਲ ਖੇਡਿਆ ਕਰਾਂਗੇ, ਆਪਣਾ ਹੀ ਆ ਹੁਣ ਇਹ। ਦਵਾਈ ਹੈ ਜੇ ਪਾਲੀ ਦੇ ਕੱਖਾਂ ਤੇ ਪਾ ਕੇ ਫਾਰਮ ਵਿੱਚ ਗਊਆਂ ਨੂੰ ਪਾਈਏ, ਅੱਧੀਆਂ ਗਊਆਂ ਤਾਂ ਅਗਲੀ ਹੁਣ ਚੱਲੀਆਂ ਜਾਣਗੀਆਂ। ਮੈਨੂੰ ਲੱਗਦਾ ਪਾਲੀ ਵੀ ਨਾ ਕਿਤੇ ਅਗਲੀ ਜੂਨ ਚ ਵਗ ਜੇ। ਓਏ ਨਾ ਬਈ ਸਿੰਧਿਆ, ਹਜੇ ਤਾਂ ਆਪਾਂ ਨੇ ਗਾਵਾਂ ਨੂੰ ਹੀ ਅਗਲੀ ਜੂਨ ਚ ਭੇਜਣਾ, ਪਾਲੀ ਨੂੰ ਤਾਂ ਆਪਾਂ ਨੇ ਥੱਲੇ ਹੀ ਲਾ ਕੇ ਰੱਖਣਾ, ਬਾਕੀ ਫਿਰ ਟਾਈਮ ਦੱਸੂ। ਲੈ ਬਈ ਉਹ ਕੰਮ ਚ ਦੇਰੀ ਕਿਉਂ, ਪਾਲੀ ਤਾਂ ਜਾਊਗਾ ਭਾਬੀ ਨੂੰ ਛੱਡਣ, ਜੋਤ ਕੱਲੇ ਹੀ ਹੋਊ, ਉਹਨੂੰ ਫੜਾ ਆਉਂਦੇ ਆਗੇ। ਚੱਲ ਫਿਰ, ਚੱਲ ਫਿਰ। ਚੱਲ ਪੁੱਤਾਂ ਬਲਜੀਤ ਨੇ ਵੀ ਕੰਮ ਕਰਨੇ ਹੋਣਗੇ ਜਾ ਕੇ। ਚੱਲ ਵੀ ਸਿੰਧਿਆ ਬਈ, ਉਹ ਜਾਂਦਾ ਪਾਲੀ ਤਾਂ ਲੈ ਆਪਾਂ ਵੀ ਪਾ ਕਾਰਵਾਈ, ਪਿੰਡ ਵਾਲਿਆਂ ਤੋਂ ਥੋੜਾ ਜਿਹਾ ਬਚਾ ਕੇ ਰੱਖੀ। ਉਹ ਲਾ ਦਈਏ ਹੁਣ ਪਾਲੀ ਦੇ ਖੁਸ਼ੀਆਂ ਨੂੰ ਨਜ਼ਰ, ਬਥੇਰੇ ਵੰਡ ਲਏ ਪਤੰਦਰ ਨੇ ਲੱਡੂ।
ਓਏ ਹੋਰ ਵੀ ਜੋਤ ਪੁੱਤ ਹਾਂਜੀ ਕੀ ਹਾਲ ਹੈ ਤੇਰਾ ਵਧੀਆ ਜੀ ਤੇਰਾ ਡੈਡੀ ਕਿੱਥੇ ਹੈ ਡੈਡੀ ਜੀ ਘਰੇ ਗਏ ਨੇ ਥੋੜੇ ਟਾਈਮ ਨੂੰ ਆਉਣਗੇ ਉਹ ਬਸ ਅਸੀਂ ਤਾਂ ਤੁਹਾਡਾ ਫਾਰਮ ਜਿਹਾ ਦੇਖਣ ਹੀ ਆਏ ਸੀ ਦੇਖ ਲਓ ਜੀ ਬਹਿ ਜਾਓ ਬੜਾ ਵਧੀਆ ਬਣਾਇਆ ਓਏ ਹੋਰ ਮਾਲਕ ਨੇ ਰੰਗੀ ਲਾਤੇ ਆ ਤਾਂ ਓਏ ਨਾ ਨਾ ਭਾਈ ਅਸੀਂ ਤਾਂ ਡੰਗਰਾਂ ਵਾਸਤੇ ਦਵਾਈ ਜੀ ਮੰਗਾਈ ਸੀਗੀ ਸਾਡੇ ਡੰਗਰ ਤਾਂ ਹੋ ਗਏ ਤੰਦਰੁਸਤ ਆ ਥੋੜੀ ਜੀ ਬਚ ਗਈ ਮਹਾ ਪਾਲੀ ਨੇ ਨਵਾਂ ਫਾਰਮ ਪਾਇਆ ਉਹਨੂੰ ਤਜਰਬਾ ਘੱਟ ਹੋਊਗਾ ਚੱਲ ਆ ਤੁਹਾਨੂੰ ਦੇ ਆਉਂਦੇ ਪਰ ਆਪਦੇ ਡੈਡੀ ਨੂੰ ਨਾ ਦੱਸੀ ਵੀ ਬਾਬਾ ਆਇਆ ਸੀਗਾ ਦਵਾਈ ਦੇਣ ਪਾ ਦੀ ਪੁੱਤ ਸਾਰੇ ਡੰਗਰ ਫੇਰ ਦੇਖੀ ਚੰਗਾ ਚੱਲੀਏ ਵੀ ਸੰਧਿਆ ਉਹ ਜੋਤ ਪੁੱਤ ਕਿਵੇਂ ਚੱਲਦਾ ਕੰਮ ਠੀਕ ਚੱਲਦਾ ਡੈਡੀ ਲੈ ਚਾਹ ਪੀਓ ਜਾਣ ਨਾਲੇ ਉਹਨੂੰ ਬੰਦੇ ਹੁੰਦੇ ਆਪਣੇ ਨੂੰ ਚਾਹ ਤਾਂ ਮੈਂ ਦੇ ਕੇ ਆਉਣਾ ਆ ਕੱਖ ਕਿਵੇਂ ਪਏ ਨੇ ਚਾਹ ਨਾ ਦਵਾਈ ਦੇ ਕੇ ਗਿਆ ਸੀ ਉਹ ਕੱਖਾਂ 'ਚ ਪਾ ਕੇ ਰੱਖੀ ਆ ਠੀਕ ਆ ਹੁਣ ਪਾਦੀ ਕੱਖਾਂ 'ਚ ਪਾਦੀ ਰਲਾ ਚਲੋ ਚਾਹ ਪੀ ਲਓ ਫਿਰ ਬੰਨਦੇ ਆ ਡੰਗਰ ਆਪਾਂ ਦੁਨੀਆਂ ਭਲੇ ਬੰਦੇ ਬਹੁਤ ਪਏ ਨੇ ਹਨਾ ਜੋ ਇੰਨਾ ਸੋਚਦੇ ਆਪਣੇ ਬਾਰੇ ਚਲ ਮਾਲਕ ਤੰਦਰੁਸਤੀਆਂ ਬਖਸ਼ੇ ਭਾਈ ਅਸੀਂ ਗਊਸ਼ਾਲਾ 'ਚ ਆਇਆ ਕੱਖ ਪਾ ਲਓ ਮਾਤਾ ਕਹਿੰਦੀ ਭਲਾ ਕਰਨਾ ਚਾਹੀਦਾ ਰੱਬਾ ਵੀਰ ਭਲਾ ਕਰਦਾ ਇੱਕ ਦੂਜੇ ਮਦਦ ਕਰਾਂਗੇ ਸੇਵਾ ਦਾਨ ਪੁੰਨ ਕਰਾਂਗੇ ਬਾਬਾ ਪਾਲੋ ਕੀ ਪਤਾ ਮਾਲਕ ਦੀ ਕਿੱਡੀ ਮਿਹਰ ਹੋਈ ਇਹ ਜ਼ਿੰਦਗੀ ਦੇ ਜ਼ਰੂਰੀ ਹੈ ਸੇਵਾ ਕਰਨੀ ਵੀ ਅੱਜ ਤਾਂ ਬੜੀ ਸੋਹਣੀ ਨੀਂਦ ਆਈ ਆ ਵੀ ਨਜ਼ਾਰਾ ਹੀ ਆ ਗਿਆ ਆਹ ਕਿਹੜਾ ਤੋਰੇ ਆਉਂਦਾ ਲਾਉਂਦੇ ਆ ਇਹਦੇ ਨਾਲ ਵੀ ਕੋਈ ਸਕੀਮ ਚੱਲ ਲਾਉਂਦੇ ਆ ਇਹਦੇ ਤੇ ਵੀ ਕੋਈ ਸਕੀਮ ਬਈ ਅਸੀਂ ਗਊਸ਼ਾਲਾ 'ਚ ਆਇਆ ਕੱਖ ਚਾਹੀਦੇ ਨੇ ਸਾਨੂੰ ਗਊਸ਼ਾਲਾ ਵਾਸਤੇ ਪਹਿਲਾਂ ਇੱਕ ਜਵਾਕ ਜਾ ਮੰਗਦਾ ਫਿਰਦਾ ਸੀਗਾ ਉਹ ਤਾਂ ਉਹ ਦੂਜੇ ਘਰੇ ਮੰਗਣ ਗਿਆ ਹੈਗਾ ਤੂੰ ਐਂ ਕਰ ਹਾਂ ਅੱਜ ਮੈਨੂੰ ਇਹ ਦੇ ਜਾ ਕੱਲ ਨੂੰ ਸਾਡੇ ਖੇਤੋਂ ਦੋ ਭਰੀਆਂ ਵੱਢ ਲਈ ਅੱਜ ਸਾਡੇ ਹਾਂ ਇਹ ਤਾਂ ਇੱਥੋਂ ਨਾਲ ਫਾਰਮ ਜਾਣੇ ਦਿੱਤੇ ਸੀ ਕਿਸੇ ਨੇ ਚੱਲ ਉਹ ਸਾਡੇ ਜਵਾਕ ਗਏ ਹੋਏ ਨੇ ਆਉਂ ਵੀ ਤਾਂ ਸੰਨੀ ਜੀ ਯਾਰ ਤੂੰ ਐਂ ਕਰ ਚੱਲ ਐਂ ਕਰ ਮੈਂ ਤੁਹਾਡੇ ਵਾਲੇ ਖੇਤੋਂ ਵੱਢ ਦਾਂ ਦੋ ਭਰੀਆਂ ਵੱਢੂ ਫਿਰ ਮੈਂ ਦੋ ਵੱਢ ਲਈ ਹਾਂ ਲਾ ਜੀ ਠੀਕ ਆ ਤਾਂ ਤੂੰ ਰੱਖ ਲੈ ਚੱਲ ਹਾਂ ਹਾਂ ਤੇਰਾ ਆਹੀ ਕਰ ਤੇਰਾ ਆਹੀ ਇੱਥੇ ਲਾ ਲਾ ਦਿੰਦਾ ਵਾ ਯਾਰ ਬਹੁਤ ਵਧੀਆ ਸਕੀਮ ਲੱਗ ਗਈ ਹੋਰ ਵੀ ਪਾਲੀ ਸਿਆ ਉਹ ਤਾਂ ਆਇਆ ਜੀ ਠੀਕ ਹੋ ਕੀ ਹਾਲ ਚਾਲ ਹੈ ਠੀਕ ਹੈ ਵਧੀਆ ਵਧੀਆ ਜੀ ਕਿੱਧਰ ਮਾਰਿਆ ਕਿਹੜਾ ਉਹ ਮੈਂ ਤੇਰੇ ਕੰਨੀ ਆਇਆ ਸੀ ਮਹਾ ਬੜੀ ਖੁਸ਼ੀ ਹੋਈ ਫਾਰਮ ਤੇ ਲੈ ਲਿਆ ਗੁੱਡੀਆਂ ਦਵਾਵਾਂ ਨੇ ਤਾਂ ਆਇਆ ਹਸ ਬੱਟਿਆਂ ਦੀਆਂ ਦਵਾਵਾਂ ਪਰਮਾਤਮਾ ਆਂਦੀਆਂ ਨੇ ਹਾਂਜੀ ਮਾਲਕ ਨੇ ਮਿਹਰ ਕਰਤੀ ਚਲੋ ਫਾਰਮ ਪਾਲਿਆ ਅੱਜ ਸੈਟਿੰਗ ਜੀ ਕਰੀਏ ਥੋੜੀ ਜੀ ਠੀਕ ਆ ਹਰੇ ਚਾਰੇ ਦਾ ਕਿਵੇਂ ਆ ਹਰੇ ਚਾਰ ਦਾ ਪਤਾ ਹੁਣ ਕਿੰਨਾ ਕੁ ਜ਼ਮੀਨ ਹੋਰ ਦੇਖਦੇ ਫਿਰ ਹਾਂ ਜ਼ਮੀਨ ਤੇਰੇ ਕੋਲ ਘੱਟ ਹਾਂਜੀ ਪਸ਼ੂ ਵੱਧ ਨੇ ਚਲ ਕੋਈ ਗੱਲ ਨਹੀਂ ਇੱਥੇ ਸਾਡਾ ਪਿਛਲੇ ਪਾਸੇ ਫਾਰਮ 'ਚ ਨਾ ਲੱਗਦੀ ਆ ਸਾਡੀ ਜ਼ਮੀਨ ਠੀਕ ਆ ਤਾਇਆ ਉਹ ਲੈ ਲਈ ਤੂੰ ਠੇਕੇ ਤੇ ਹਾਂਜੀ ਤਾਇਆ ਠੀਕ ਆ ਕਰ ਕੰਮ ਦੱਬ ਕੇ ਸ਼ੇਰਾ ਹਾਂਜੀ ਕਰੀ ਜਾਂਦੇ ਮਾਲਕ ਹਾਂ ਪਰਮਾਤਮਾ ਮਿਹਰ ਕਰੂਗਾ ਹਾਂਜੀ ਹਾਂਜੀ ਚੜ੍ਹਦੀ ਕਲਾ ਰੱਖੋ ਪਰਮਾਤਮਾ ਠੀਕ ਆ ਤਾਇਆ ਚਾਹ ਪੀਤਾ ਅੱਜ ਭਾਈ ਬਸ ਭਾਈ ਚਾਹ ਤਾਂ ਹੁਣ ਮੈਂ ਪੀ ਕੇ ਆ ਮੈਨੂੰ ਖਾਸ ਹੈ ਹੋ ਗਿਆ ਘਰੋਂ ਆਏ ਨੂੰ ਮਾਰਦਾ ਰਿਹਾ ਕਰ ਮੇਰੀ ਤਾਈ ਡੀਕ ਦੀ ਹੋ ਗਈ ਕਿੱਧਰ ਭੱਜ ਗਿਆ ਅੰਗੇੜਾ ਤਾਂ ਮਾਰ ਕੇ ਜਾਇਆ ਕਰੋ ਚੰਗਾ ਭਾਈ ਕੋਈ ਗੱਲ ਨਹੀਂ ਆਇਆ ਚੰਗਾ ਭਾਈ ਹੋਰ ਵੀ ਪਾਲੀ ਸੇਰਾ ਕੀ ਹਾਲ ਹੈ ਤੇਰਾ ਚਾਚਾ ਠੀਕ ਹੈ ਵਧੀਆ ਕਿਵੇਂ ਨੇ ਗਾਵਾਂ ਤੇਰੀਆਂ ਗਾਵਾਂ ਵਧੀਆ ਚਾਚਾ ਉਹ ਇਹਨਾਂ ਦਾ ਖਿਆਲ ਰੱਖਿਆ ਕਰ ਠੰਡ ਦਾ ਮੌਸਮ ਇਹਦਾ ਮਾੜੇ ਜੇ ਨਾਲ ਹੀ ਬਿਮਾਰ ਹੋ ਜਾਂਦੀਆਂ ਨੇ ਹਾਂ ਚਾਚਾ ਖਿਆਲ ਰੱਖਦੇ ਨੇ ਪੂਰਾ ਕੱਲ ਮੈਂ ਵੀ 1.25 ਲੱਖ ਦੀ ਗਊ ਲਿਆਂਦੀ ਆ ਹਰਿਆਣੇ ਚੋਂ ਤੇਰੇ ਵਾਲੀ ਨਾ ਉੱਚੀ ਨਸਲ ਦੀ ਆ ਥੋੜੀ ਜੀ ਠੀਕ ਹੈ ਫਿਰ ਪਾਲੀ ਸਾ ਹੌਸਲਾ ਰੱਖਿਆ ਕਰ ਮਾੜਾ ਤਾਂ ਕਦੇ ਵੀ ਕਿਸੇ ਨਾਲ ਹੋ ਸਕਦਾ